ਪੰਜਵੀਂ ਪਾਤਸ਼ਾਹੀ। ਨਾਮ ਸਤਿਗੁਰੂ ਅਰਜਨ ਦੇਵ ਜੀ। ਸੋਡ ਬੰਸ ਅਵਤਾਰ ਧਾਰਨ ਪਿੰਡ ਸ੍ਰੀ ਗੋਇੰਦਵਾਲ ਸਾਹਿਬ ਅਵਤਾਰ ਧਾਰਿਆ। ਅਵਤਾਰ ਧਾਰਨ ਸਮਤ 1620 ਬਿਕਰਮੀ ਵੈਸਾਖ ਵਧੀ ਸਪਤਮੀ ਦਿਨ ਮੰਗਲਵਾਰ 14 ਅਪ੍ਰੈਲ 1563 ਈਸਵੀ ਨਛੱਤਰ ਰੋਹਿਣੀ। ਮਾਤਾ ਪਿਤਾ ਮਾਤਾ ਭਾਨੀ ਜੀ, ਪਿਤਾ ਸ੍ਰੀ ਗੁਰੂ ਰਾਮਦਾਸ ਜੀ, ਨਾਨਾ ਸ੍ਰੀ ਗੁਰੂ ਅਮਰਦਾਸ ਜੀ। ਮਹਿਲ ਮਾਤਾ ਗੰਗਾ ਜੀ, ਮੌਸ ਪਿੰਡ ਤੋਂ ਫਿਲੌਰ ਨੇੜੇ, ਵਿਆਹ 22 ਹਾੜ 1646 ਬਿਕਰਮੀ 1646 ਬਿਕਰਮੀ ਸਹੁਰਾ ਕ੍ਰਿਸ਼ਨ ਚੰਦ, ਸੱਸ ਧਨਵੰਤੀ। ਗੁਰਗੱਦੀ ਸਮਤ 1638 ਬਿਕਰਮੀ ਭਾਦਰੋਂ ਸੁਦੀ ਦੂਜ 18 ਸਤੰਬਰ 1581 ਈਸਵੀ ਪਾਤਸ਼ਾਹੀ ਚੌਥੀ ਜੀ ਦੇ ਜੋਤੀ ਜੋਤ ਸਮਾਉਣ ਤੋਂ 3 ਦਿਨ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ। ਜੋਤੀ ਜੋਤ ਸਮਾਉਣਾ 1663 ਬਿਕਰਮੀ ਜੇਠ ਸੁਦੀ ਚੌਥ 25 ਮਈ 1606 ਈਸਵੀ ਲਾਹੌਰ ਗੁਰਦੁਆਰਾ ਡੇਹਰਾ ਸਾਹਿਬ ਰਾਵੀ ਕਿਨਾਰੇ। ਸਮਾਂ ਸਵੇਰ ਦਾ ਪਹਿਲਾ ਪਹਿਰ। ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸਾਰੀ ਅਵਸਥਾ 42 ਬਰਸ 1 ਮਹੀਨਾ 27 ਦਿਨ। ਗੁਰਤਾ ਗੱਦੀ ਸਮਾਂ 24 ਬਰਸ 9 ਮਹੀਨੇ 2 ਦਿਨ। ਹਕੂਮਤ ਅਕਬਰ ਤੇ ਜਹਾਂਗੀਰ ਬਾਦਸ਼ਾਹ ਦੀ ਸੀ। ਨੋਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ 1661 ਬਿਕਰਮੀ ਭਾਦਰੋਂ ਸੁਦੀ ਏਕਮ ਨੂੰ ਪ੍ਰਕਾਸ਼ ਕੀਤੀ। ਪਹਿਲੇ ਪ੍ਰਕਾਸ਼ ਵਾਲੇ ਦਿਨ ਬਾਬਾ ਬੁੱਢਾ ਜੀ ਗ੍ਰੰਥੀ ਥਾਪੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।